ਹਰਮਨ ਹਾਂ ਬੇਬੇ ਵੇਖ ਲੈ ਪਹਿਲਾਂ ਗਾਂਧੀ ਦੇ ਤਿੰਨ ਬਾਂਦਰ ਸੀ ਹਾਂ ਬੇਬੇ ਉਹਨੇ ਤਿੰਨ ਮਿਲਾ ਕੇ ਤੇ ਇੱਕ ਬਣਾਤਾ ਕਿਹੜਾ ਬੇਬੇ ਆ ਫੋਨ ਜਦੋਂ ਬੰਦਾ ਫੋਨ ਚ ਲਾਉਂਦਾ ਨਾ ਕਿਸੇ ਵੱਲ ਝਾਕਦਾ ਨਾ ਕਿਸੇ ਦੀ ਸੁਣਦਾ ਤੇ ਨਾ ਹੀ ਉਹ ਬੋਲਦਾ ਚੰਗਾ ਬੇਬੇ ਮੈਂ ਪੇਪਰ ਦੇਣ ਚੱਲਿਆ ਚੰਗਾ ਪੁੱਤ ਫਿਰ ਪੈਨ ਰੱਖ ਲਿਆ ਹਾਂ ਹਾਂ ਬੇਬੇ ਰੱਖ ਲਿਆ ਰੋਡ ਨੰਬਰ ਰੱਖ ਲਿਆ ਹਾਂ ਬੇਬੇ ਰੱਖ ਲਿਆ ਚੰਗਾ ਪੁੱਤ ਸਾਡੀ ਫਿਰ ਮਾੜੀ ਮੋਟੀ ਇੱਜ਼ਤ ਵੀ ਰੱਖ ਲਈ ਬੇਬੇ ਗੁੱਡ ਮਾਰਨਿੰਗ ਦੁਪਹਿਰੇ ਪੁੱਤ 2 ਵਜੇ ਤੇਰੀ ਕਿਹੜੀ ਗੁੱਡ ਮਾਰਨਿੰਗ ਹੁੰਦੀ ਆ ਓ ਬੇਬੇ ਰਾਤੀ ਮੈਂ ਲੇਟ ਸੁੱਤਾ ਏ ਬੇਬੇ ਰਾਤੀ ਤੇਰਾ ਪੁੱਤ 3 ਵਜੇ ਤੱਕ ਪੜਿਆ ਸੀ ਅੱਛਿਆ ਤੇ ਪੁੱਤ ਪੜਨਾ ਕਿੰਨੀ ਵਜੇ ਸ਼ੁਰੂ ਕੀਤਾ ਸੀ ਬੇਬੇ 2:50 ਤੇ ਫਿੱਟੇ ਮੂੰਹ ਓ ਮੁੰਡਾ ਨਰਾਜੀ ਕੀ ਵਟਾ ਆ ਬੇਬੇ ਫੋਨ ਚ ਭਾਂ ਕੋਈ ਵਿਟਾਮਿਨ ਮਟੂਮਿਨ ਹੁੰਦਾ ਕਿਆ ਜਦੋਂ ਥੋੜਾ ਟਾਈਮ ਹੱਥ ਚ ਨਾ ਫੜੀਏ ਤਾਂ ਕਮਜ਼ੋਰੀ ਜੀ ਮਹਿਸੂਸ ਹੋਣ ਲੱਗ ਪੈਂਦੀ ਆ ਫਿੱਟੇ ਅੱਗ ਲੱਗ ਜਾ ਤੇਰੇ ਇਹ ਜੇ ਫੋਨ ਨੂੰ ਪੁੱਤ ਕੱਲ ਨੂੰ ਤੇਰਾ ਪੇਪਰ ਹੈ ਪੇਪਰ ਦੀ ਤਿਆਰੀ ਕਰ ਲਈ ਹਾਂ ਬੇਬੇ ਕਰ ਲਈ ਬੂਟ ਪਾਲਸ ਕਰ ਲੈ ਬੇਬੇ ਬੂਟ ਵੀ ਪਾਲਸ ਕਰ ਲੈ ਪੈਨ ਪੈਨਸਲ ਵੀ ਲੈ ਲਈ ਬੇਬੇ ਮੈਂ ਤੇ ਯੂਨੀਫਾਰਮ ਵੀ ਪ੍ਰੈਸ ਕਰ ਲਈ ਤੇ ਪੜ੍ਹਾਈ ਪੁੱਤ ਬੇਬੇ ਬਸ ਉਹੀ ਕਰਨੀ ਬਾਕੀ ਆ ਬੇਬੇ ਅੱਜ ਤੇ ਕਮਾਲ ਹੀ ਹੋ ਗਈ ਕੀ ਹੋਇਆ ਪੁੱਤ ਅੱਜ ਮੈਨੂੰ ਇੱਕ ਆਂਟੀ ਕਹਿੰਦੀ ਕਹਿੰਦੀ ਪੁੱਤ ਅੱਜ ਕੱਲ ਤਾਂ ਫੋਨ ਤੇ ਸਾਰਾ ਕੁਝ ਹੀ ਪਤਾ ਚੱਲ ਜਾਂਦਾ ਮੈਂ ਕਿਹਾ ਹਾਂਜੀ ਮਾਤਾ ਕਹਿੰਦੀ ਫਿਰ ਫੋਨ ਤੋਂ ਪਤਾ ਕਰਕੇ ਦੱਸੀ ਸਾਡੀਆਂ ਪਾਥੀਆਂ ਕੌਣ ਚੱਕ ਕੇ ਲੈ ਗਿਆ ਬੜਾ ਚਾਹ ਏ ਮੈਨੂੰ ਉਸ ਚਾਹ ਦਾ ਮੇਰੇ ਇਸ਼ਕ ਦੇ ਹੱਥਾਂ ਦੀ ਚਾਹ ਹੋਵੇ ਕੱਟੀ ਬਾਹਰ ਖੜੀ ਠੰਡ ਦੇ ਚੂਨ ਅੰਦਰ ਬੰਨ ਕੇ ਆ ਫੇਰ ਪਿਓ ਨੇ ਤੇਰੀ ਇਸ਼ਕ ਦੇ ਹੱਥਾਂ ਦੀ ਚਾਹ ਬੇਬੇ ਅੱਜ ਮੈਂ ਤੈਨੂੰ ਇੱਕ ਸ਼ਾਇਰੀ ਸੁਣਾਵਾਂ ਸੁਣਾ ਫਿਰ ਬੇਸ਼ੱਕ ਪਾਣੀ ਠੰਡਾ ਸੀ ਅੱਛਾ ਪਰ ਮੰਮੀ ਦੇ ਹੱਥ ਵਿੱਚ ਡੰਡਾ ਸੀ ਅੱਛਾ ਡਰਦੇ ਡਰਦੇ ਮੈਂ ਪਾਣੀ ਸਿਰ ਤੇ ਪਾ ਲਿਆ ਅੱਛਾ ਆ ਲੈ ਚੱਕ ਮੈਂ ਨਹਾ ਲਿਆ ਛੱਡ ਆ ਲੈ ਚੱਕ ਮੈਂ ਆ ਗਿਆ ਪੁੱਤ 24 ਘੰਟੇ ਪੜ ਪੜ ਕੇ ਤੂੰ ਪੜਾਖੂ ਕੀੜਾ ਨਹੀਂ ਬਣਨਾ ਜਿੰਨੀ ਲੋੜ ਹੈ ਉਨਾ ਹੀ ਬਣਨਾ ਠੀਕ ਆ ਬੇਬੇ 2 hours later ਕੀ ਤੂੰ ਸਾਡੇ ਫੋਨ ਤੇ ਲੱਗਾ ਰਹਿਣਾ ਡਾਕਟਰ ਬਣਨਾ ਤੇ 24 ਘੰਟੇ ਪੜਨਾ ਪੈਂਦਾ ਓ ਰੱਬ ਵੀ ਖੇਲ ਹੈ ਖੇਲ ਬੇਬੇ ਹਾਂ ਮੈਂ ਹੁਣ ਜਵਾਨ ਹੋ ਗਿਆ ਮੇਰਾ ਵੀ ਵਿਆਹ ਕਰ ਦੋ ਸਾਈਕਲ ਮੰਗ ਮੈਂ ਤਾਂ ਕੋਈ ਦੇ ਕੇ ਨਹੀਂ ਤੈਨੂੰ ਰਾਜੀ ਤੇ ਕੁੜੀ ਤੈਨੂੰ ਕਿਸੇ ਨੇ ਕਿ ਸੁਆਹ ਲੈਣੀ ਹੈ ਸੋਚਿਆ ਸੀ ਕੀ ਤੇ ਕੀ ਹੋ ਗਿਆ ਹਰਮਨ ਤੈਨੂੰ ਮੰਗਾਈਆਂ ਹੋਣ ਨਵੀਂ ਗੱਡੀ ਦੀਆਂ ਥੈਂਕ ਯੂ ਬੇਬੇ ਥੈਂਕ ਯੂ ਬੇਬੇ ਤੈਨੂੰ ਪਤਾ ਮੇਰੀ ਗੱਡੀ ਆਟੋਮੈਟਿਕ ਆ ਮੇਰੀ ਗੱਡੀ ਵੀ ਆਟੋਮੈਟਿਕ ਹੀ ਆ ਬੇਬੇ ਉਹ ਕਿਵੇਂ ਜਦੋਂ ਡੀਜ਼ਲ ਖਤਮ ਹੋ ਜਾਂਦਾ ਆਪੇ ਰੁਕ ਜਾਂਦੀ ਆ ਹਰਮਨ ਉਰੇ ਆ ਹਾਂ ਬੇਬੇ ਆ ਲੈ 100 ਰੁਪਈਆ ਇਹ ਬੇਬੇ ਕਾਹਦੇ ਲਈ 100 ਰੁਪਈਆ ਇਹ ਤੇਰੀ ਪੁੱਤ ਮਿਹਨਤ ਦੀ ਕਮਾਈ ਆ ਬੇਬੇ ਉਹ ਕਿਵੇਂ ਤੂੰ ਸਾਰੀ ਰਾਤ ਫੋਨ 'ਚ ਲਾਉਣਾ ਸਾਨੂੰ ਚੌਕੀਦਾਰ ਰੱਖਣ ਦੀ ਲੋੜ ਹੀ ਨਹੀਂ ਪੈਂਦੀ ਹਰਮਨ ਹਾਂ ਬੇਬੇ ਸੂਰਜ ਦਾ ਪਤਾ ਪੁਤਾ ਕਰ ਲਾ ਕਿਉਂ ਬੇਬੇ ਕਿਤੇ 2021 ਚ ਤਾਂ ਨਹੀਂ ਰਹਿ ਗਿਆ ਲੱਗਦਾ ਹੈ ਪਤੰਦਰ ਟਿੱਕਾ ਦਾ ਨਿਕਲ ਆਈ